ਦੋਸਤੋ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਵੀਰ ਤੇਜਾ ਤਲਵੰਡੀ ਅੱਜ ਤੁਹਾਡੀ ਮੁਲਾਕਾਤ ਇੱਕ ਖਾਸ ਸੇਵਾ ਭਾਵਨਾ ਵਾਲੇ ਇਨਸਾਨ ਦੇ ਨਾਲ ਕਰਾ ਰਹੇ ਹਾਂ ਸਾਡੀ ਕੁਝ ਨੌਜਵਾਨ ਪੀੜ੍ਹੀ ਗਲਤ ਰਸਤੇ ਚੱਲ ਕੇ ਬੱਚੇ ਬੱਚੀਆਂ ਨੂੰ ਜਨਮ ਦਿੰਦੀ ਆ ਫਿਰ ਸਮਾਜ ਤੋਂ ਪੜਦਾ ਰੱਖਣ ਦੇ ਲਈ ਉਹੀ ਬੱਚੇ ਬੱਚੀਆਂ ਬੋਰੀਆਂ ਦੇ ਵਿੱਚ ਪਾ ਕੇ ਖਤਾਨਾਂ ਵਿੱਚ ਝਾੜੀਆਂ ਵਿੱਚ ਰੇਲ ਦੀਆਂ ਲਾਈਨਾਂ ਉੱਤੇ ਸੱਟ ਆਉਂਦੀ ਆ ਜਿੰਨਾਂ ਮਾਸੂਮ ਬੱਚਿਆਂ ਦੀ ਜ਼ਿੰਦਗੀ ਘਟ ਜਾਂਦੀ ਆ ਉਹ ਰੱਬ ਨੂੰ ਪਿਆਰੇ ਹੋ ਜਾਂਦੇ ਆ ਔਰ ਜਿਨ੍ਹਾਂ ਦੀ ਬਦੀ ਹੁੰਦੀ ਆ ਉਹਨਾਂ ਨੂੰ ਚੁੱਕ ਕੇ ਧਾਮ ਤਲਵੰਡੀ ਖੁਰਦਾ ਬਾਲ ਆਸ਼ਰਮ ਨਵੀਂ ਜ਼ਿੰਦਗੀ ਦਿੰਦਾ ਹੈ ਆਓ ਮੁਲਾਕਾਤ ਕਰਦੇ ਹਾਂ ਬਾਲ ਆਸ਼ਰਮ ਦੀ ਮੁੱਖ ਪ੍ਰਬੰਧਕ ਭੈਣ ਜੀ ਜਸਵੀਰ ਕੌਰ ਦੇ ਨਾਲ ਨਾਲ ਹੀ ਜਾਣਾਂਗੇ ਉਹੀ ਬੱਚੇ ਤੰਦਰੁਸਤ ਕਰਕੇ ਕਿਵੇਂ ਪਰਿਵਾਰਾਂ ਦੇ ਹਵਾਲੇ ਕੀਤੇ ਜਾਂਦੇ ਹਨ ਤੁਸੀਂ ਵੀ ਬਾਲ ਆਸ਼ਰਮ ਬਾਰੇ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਚਾਹੁੰਦੇ ਹੋ ਤਾਂ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਉੱਤੇ ਫੋਨ ਕਰਕੇ ਭੈਣ ਜੀ ਨਾਲ ਗੱਲਬਾਤ ਕਰ ਸਕਦੇ ਹੋ ਆਓ ਮਿਲਦੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਲੱਖ ਵਾਰੀ ਪ੍ਰਣਾਮ ਕਰਦਾ ਕਿਉਂਕਿ ਤੁਸੀਂ ਜਿਹੜਾ ਇਹ ਸੇਵਾ ਭਾਵਨਾ ਦਾ ਕੰਮ ਕਰ ਰਹੇ ਹੋ ਇਹ ਸਭ ਤੋਂ ਵੱਧ ਔਖਾ ਵਾ ਚਲੋ ਪ੍ਰਮਾਤਮਾ ਨੇ ਤੁਹਾਡੇ ਉੱਤੇ ਕਿਰਪਾ ਕੀਤੀ ਆ ਤੁਹਾਡਾ ਬਹੁਤ-ਬਹੁਤ ਧੰਨਵਾਦ ਭੈਣ ਜੀ ਜਸਬੀਰ ਕੋਈ ਤਾਂ ਬਚਪਨ ਕਿੱਥੇ ਗੁਜ਼ਰਿਆ ਸੱਖੀਆਂ ਸਹੇਲੀਆਂ ਦੇ ਨਾਲ ਕਿੱਥੇ ਖੇਡਦੀ ਰਹੀ ਐ ਤਾਮਤਲਵੰਡੀ ਖੁਰਦ ਮੈਂ 1996 ਦੇ ਵਿੱਚ ਆਈ ਹਾਂਜੀ ਇਹਦੇ ਤੋਂ ਪਹਿਲਾਂ ਜਿਹੜਾ ਮੇਰਾ ਬਚਪਨ ਆ ਜੀ ਪਿੰਡ ਪੱਖੋਵਾਲ ਲੁਧਿਆਣਾ ਜ਼ਿਲ੍ਹੇ ਦਾ ਹੀ ਪਿੰਡ ਆ ਹਾਂਜੀ ਜਿੱਥੇ ਮੈਂ ਆਪਣੀ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਉਹਦੇ ਤੋਂ ਬਾਅਦ ਮੈਂ ਨਰਸਿੰਗ ਦਾ ਕੋਰਸ ਕੀਤਾ ਤੇ ਲਗਭਗ ਜਦੋਂ ਹੀ ਮੇਰੀ ਸਟੱਡੀ ਕੰਪਲੀਟ ਹੋਈ ਆ ਤਾਂ ਮੈਂ ਮਹਾਪੁਰਸ਼ਾਂ ਦੇ ਚਰਨਾਂ 'ਚ ਇੱਥੇ ਆ ਗਈ ਤਾਮਤ ਲਵੰਡੀ ਖੁਰਦ ਇਹਨਾਂ ਦੀ ਸੰਗਤ ਜਿਹੜੀ ਆ ਉਹਦੇ 'ਚ ਮੈਂ 84 85 ਤੋਂ ਮੇਰਾ ਪੂਰਾ ਪਰਿਵਾਰ ਹਾਂਜੀ ਸ੍ਰੀਮਈ ਸ਼ੰਕਰਾਨੰਦ ਜੀ ਪੂਰੀ ਵਾਲਿਆਂ ਦੇ ਨਾਲ ਜੁੜਿਆ ਹੋਇਆ ਉਦੋਂ ਤੋਂ ਜੀ ਤੇ ਉਦੋਂ ਤੋਂ ਹੀ ਮੈਨੂੰ ਇਹ ਮੈਨੂੰ ਲੱਗਦਾ ਕਿ ਸੇਵਾ ਭਾਵਨਾ ਦੀ ਲਗਨ ਬਹੁਤ ਬਚਪਨ ਤੋਂ ਹੀ ਸਵਾਮੀ ਜੀ ਦੀ ਕਿਰਪਾ ਨਾਲ ਲੱਗੀ ਇਹਨਾਂ ਦੀ ਕਿਰਪਾ ਦੇ ਨਾਲ ਹੀ ਇਧਰ ਨੂੰ ਸੇਵਾ ਵੱਲ ਮੁੜਤੇ ਬਿਲਕੁਲ ਜਦੋਂ ਮੈਂ 6ਵੀਂ 7ਵੀਂ ਕਲਾਸ ਦੇ ਵਿੱਚ ਪੜ੍ਹਦੀ ਹੁੰਦੀ ਸੀ ਜਦੋਂ ਮੈਨੂੰ ਸਮਾਜ ਸੇਵਾ ਦੇ ਅਰਥ ਵੀ ਸਹੀ ਤਰੀਕੇ ਦੇ ਵਿੱਚ ਨਹੀਂ ਸੀ ਪਤਾ ਹਾਂਜੀ ਉਦੋਂ ਤੋਂ ਮੇਰੇ ਮਨ 'ਚ ਇੱਕ ਚੀਜ਼ ਸੀ ਕਿ ਮੈਂ ਸਮਾਜ ਸੇਵਾ ਕਰੂੰਗੀ ਉਹ ਸਿੱਖਿਆ ਮਹਾਂਪੁਰਸ਼ਾਂ ਤੋਂ ਹੀ ਮਿਲੀ ਜੀ ਮਾਪਿਆਂ ਦੀ ਲਾਡਲੀ ਸੀ ਨੂੰ ਮਾਪਿਆਂ ਨੇ ਪੂਰਾ ਸਹਿਯੋਗ ਦਿੱਤਾ ਆ ਜਿਹੜੇ ਸਮਾਜ ਦੇ ਵਿੱਚ ਵੀਰ ਜੀ ਇਹ ਤਾਂ ਬੜਾ ਕਲੀਅਰ ਆ ਤੁਹਾਨੂੰ ਵੀ ਕਿ ਜਿਹੜੇ ਸਮਾਜ ਦੇ ਵਿੱਚ ਮੈਂ ਪੈਦਾ ਹੋਈ ਹਾਂਜੀ ਜਾਂ ਸਾਡੀ ਇੰਡੀਅਨ ਸੋਸਾਇਟੀ ਦੀ ਜਦੋਂ ਗੱਲ ਕਰਦੇ ਆ ਤਾਂ ਬੇਟੀਆਂ ਨੂੰ ਘਰ ਤੋਂ ਬਾਹਰ ਆ ਕੇ ਇਦਾਂ ਦੇ ਸਟੈਪ ਲੈਣੇ ਬਹੁਤ ਔਖੇ ਨੇ ਹਾਂਜੀ ਹਾਂਜੀ ਪਰ ਫੇਰ ਵੀ ਮੈਨੂੰ ਕੁਝ ਸਾਲਾਂ ਬਾਅਦ ਮੇਰੇ ਪੇਰੈਂਟਸ ਨੇ ਸਮਝ ਲਿਆ ਜਦੋਂ ਮੈਂ ਫੁੱਲੀ ਡਿਸੀਜਨ ਲੈ ਲਿਆ ਕਿ ਮੈਂ ਤਾਂ ਸੋਸ਼ਲ ਵਰਕ ਕਰੂੰਗੀ ਇਹਨਾਂ ਬੱਚਿਆਂ ਦੇ ਨਾਲ ਕਰੂੰਗੀ ਉਹਦੇ ਤੋਂ ਬਾਅਦ ਕੁਝ ਸਾਲਾਂ ਦੇ ਵਿੱਚ ਮੇਰੇ ਪੇਰੈਂਟਸ ਦੀ ਪੂਰੀ ਸਮਝ ਬਣ ਗਈ ਕਿ ਸਾਡੀ ਬੇਟੀ ਜੋ ਰਸਤੇ ਤੇ ਚੱਲ ਰਹੀ ਆ ਇਹ ਰਸਤਾ ਬਹੁਤ ਹੀ ਜ਼ਿਆਦਾ ਚੰਗਾ ਉਹ ਮਹਾਪੁਰਸ਼ਾਂ ਦੇ ਨਾਲ ਮਲਾਪ ਤੁਹਾਡੇ ਮੰਮੀ ਜਿਹੜੀ ਆ ਰਹੀ ਸੀ ਜਾਂ ਤੁਸੀਂ ਇਹਨਾਂ ਨਾਲ ਜੁੜ ਗਏ ਉਸ ਤੋਂ ਨਹੀਂ ਜੀ ਮੇਰੇ ਦਾਦਕਿਆਂ ਦੇ ਪਰਿਵਾਰ ਦੇ ਵਿੱਚੋਂ ਮੇਰੀਆਂ ਉਹ ਹਾਂਜੀ ਉਹਦੇ ਤੋਂ ਬਾਅਦ ਮੇਰੇ ਪੇਰੈਂਟਸ ਸਾਰੇ ਸੁਆਮੀ ਜੀ ਦੀ ਸੰਗਤ ਦੇ ਵਿੱਚ ਰਹੇ ਇੰਨਾ ਤੋਂ ਹੀ ਸਾਨੂੰ ਇਹ ਸਮਾਜ ਸੇਵਾ ਦੀ ਲਗਣ ਲੱਗੀ ਜੀ ਇੱਕ ਔਰਤ ਨੂੰ ਸਮਾਜ ਦੇ ਵਿੱਚ ਰਹਿ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ ਜੀ ਕਦੇ ਮਨ ਤੇ ਠੇਸ ਵੱਜੀ ਹੋਊਗੀ ਬਹੁਤ ਕਿਰਪਾ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿ ਮੈਨੂੰ ਕਦੇ ਇਦਾਂ ਦੀਆਂ ਗੱਲਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਹੜੀਆਂ ਸਮਾਜ ਸੇਵਾ ਦੇ ਰਸਤੇ 'ਚ ਆਉਂਦੀਆਂ ਰਹਿੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਆਪਾਂ ਠੇਸ ਮੰਨੀਏ ਉਹ ਤੋਂ ਲੈਸਨ ਨੇ ਕਿ ਜਦੋਂ ਕਿਤੇ ਕੋਈ ਸਾਹਮਣਾ ਕਰਨਾ ਪਿਆ ਕਿਸੇ ਵੀ ਚੀਜ਼ ਦਾ ਉਹ ਸਾਡੇ ਲਈ ਲੈਸਨ ਨੇ ਤੇ ਸਾਡੇ ਚ ਕਿੰਨੀ ਕ ਖਿਮਾ ਉਸ ਵੇਲੇ ਉਹ ਸਾਡੀ ਪੇਸ਼ੈਂਸ ਦਾ ਮਤਲਬ ਜੋ ਅਸੀਂ ਸੋਸ਼ਲ ਵਰਕਰ ਕਹਿਣਾ ਸੌਖਾ ਆਪਣੇ ਆਪ ਨੂੰ ਉਹ ਸਾਡਾ ਇਮਤਿਹਾਨ ਹੈ ਜੀ ਸੌਖਾ ਬਹੁਤ ਉਹਦੇ ਚ ਬੜੇ ਸੌਖੇ ਨਿਕਲ ਜਾਈਦਾ ਜੇ ਥੋੜਾ ਜਿਹਾ ਪਰਮਾਤਮਾ ਕਿਰਪਾ ਨਾਲ ਹੋਵੇ ਤੇ ਉਹਦੀ ਕਿਰਪਾ ਵਾਹਿਗੁਰੂ ਦੀ ਬੱਚਿਆਂ ਦੀ ਸੇਵਾ ਕਰਕੇ ਮਨ ਨੂੰ ਸ਼ਾਂਤੀ ਕਿੰਨੀ ਕ ਮਿਲਦੀ ਆ ਜੀ ਮੈਨੂੰ ਤਾਲਵੇ ਜੇ ਲੱਗਦਾ ਹੁੰਦਾ ਕਿ ਸ਼ਾਇਦ ਇਹ ਬੱਚੇ ਜਿਹੜੇ ਮੇਰੇ ਕੋਲ ਆਉਂਦੇ ਇੱਥੇ ਐਸਜੀਬੀ ਚਿਲਡਰਨ ਹோம் ਦੇ ਵਿੱਚ ਹਾਂਜੀ ਇਹਨਾਂ ਨੂੰ ਅਜੇ ਵੀ ਸਾਥੋਂ ਸਾਰਿਆਂ ਤੋਂ ਰਲ ਕੇ ਉਹਨਾਂ ਨੇ ਦਿੱਤਾ ਜਾ ਰਿਹਾ ਜਿੰਨਾ ਇਹ ਸਾਨੂੰ ਦੇ ਰਹੇ ਨੇ ਉਹਦੇ ਬਦਲੇ 'ਚ ਜਿੰਨੀ ਖੁਸ਼ੀ ਮਨ ਨੂੰ ਆਤਮਿਕ ਸ਼ਾਂਤੀ ਜਿਹਦੇ ਲਈ ਪਤਾ ਨਹੀਂ ਦੁਨੀਆ ਕਿੱਥੇ ਕਿੱਥੇ ਭੱਜੀ ਫਿਰ ਰਹੀ ਆ ਹਾਂਜੀ ਤੇ ਉਹ ਜਿਹੜੀ ਇਨਰ ਸੋਲ ਦੀ ਸੈਟੀਸਫੈਕਸ਼ਨ ਆ ਮੈਨੂੰ ਤਾਂ ਬਹੁਤ ਜ਼ਿਆਦਾ ਮਿਲ ਰਹੀ ਹੈ ਬੱਚਿਆਂ ਤੋਂ ਅੱਜ ਦੇ ਵਕਤ ਤੁਹਾਡੇ ਕੋਲ ਕਿੰਨੇ ਕਿ ਬੱਚੇ ਆ ਅ ਇਸ ਵੇਲੇ 54 ਨੇ ਤੇ ਲਗਭਗ 320 ਤੋਂ ਉੱਪਰ ਬੱਚੇ ਆ ਪਰਵਾਰਾਂ ਦੇ ਵਿੱਚ ਜਾ ਚੁੱਕੇ ਆ ਅਡਾਪਸ਼ਨ ਤੋਂ ਬਾਅਦ ਜਿਨ੍ਹਾਂ ਪਰਿਵਾਰਾਂ ਦੇ ਕੋਲ ਬੱਚੇ ਨਹੀਂ ਹੁੰਦੇ ਉਹਨਾਂ ਦੇ ਕੋਲ ਉਹ ਬੱਚੇ ਜਾ ਚੁੱਕੇ ਨੇ ਸੈਂਟਰ ਗਵਰਨਮੈਂਟ ਦੇ ਥਰੂ ਅਸੇ ਤਾਂ ਪ੍ਰੋਸੀਜਰ ਪੂਰਾ ਦੱਸਿਓ ਸਾਨੂੰ ਵੀ ਕੋਈ ਵੀ ਫੈਮਿਲੀ ਤੁਹਾਡੇ ਕੋਲ ਬੱਚਾ ਚਲੋ ਆਪਣਾ ਪਰਿਵਾਰ ਲੈਣ ਆਉਂਦਾ ਵਾ ਕੀ ਪ੍ਰੋਸੀਜਰ ਆ ਤੁਹਾਡੇ ਇਸ ਬਾਰੇ ਬੱਚਾ ਦੇਣ ਬਾਰੇ ਅ ਬੱਚੇ ਜਦੋਂ ਵੀ ਕੋਈ ਬੱਚਾ ਕੁਝ ਘੰਟਿਆਂ ਦਾ ਹੁੰਦਾ ਜਦੋਂ ਸਾਡੇ ਕੋਲ ਇੱਥੇ ਪਹੁੰਚ ਜਾਂਦਾ ਪਹੁੰਚਦਾ ਪ੍ਰਸ਼ਾਸਨ ਦੇ ਜ਼ਰੀਏ ਆ ਮਤਲਬ ਡਾਇਰੈਕਟ ਕੋਈ ਵੀ ਬੱਚਾ ਇੱਥੇ ਕਾਨੂੰਨ ਦੇ ਹਿਸਾਬ ਨਾਲ ਆਉਂਦਾ ਕਾਨੂੰਨ ਦੇ ਹਿਸਾਬ ਨਾਲ ਆਉਂਦਾ ਪ੍ਰਸ਼ਾਸਨ ਦੀ ਫੁਲਿਸ਼ ਮੁੱਲਯਤ ਹੁੰ ਤੇ ਜਦੋਂ ਉਹਦੀ ਅਡਾਪਸ਼ਨ ਹੋਣੀ ਆ ਤਾਂ ਉਹ ਸੈਂਟਰ ਗਵਰਨਮੈਂਟ ਦੇ ਥਰੂ ਹੋਣੀ ਆ ਉਹਦੇ ਵਿੱਚ ਇਸ ਸੰਸਥਾ ਦਾ 1% ਵੀ ਆਪਣੀ ਮਨਮਰਜ਼ੀ ਜਾਂ ਆਪਣੀ ਇੱਛਾ ਜੇ ਆਪਾਂ ਚਾਹੁੰਦੇ ਆ ਕਿ ਅੱਜ ਮੇਰੇ ਨਾਲ ਤੇਜਵੀਰ ਬੈਠੇ ਨੇ ਵੀਰ ਆ ਕੇ ਕਹਿਣ ਕੇ ਸੋ ਐਂਡ ਸੋ ਬੱਚਾ ਆਪਾਂ ਇਸ ਪਰਿਵਾਰ ਨੂੰ ਦੇਣਾ ਤਾਂ 100% ਉਹਦੇ ਚ ਆਪਾਂ ਹੈਲਪਲੈਸ ਆ ਕਿਉਂਕਿ ਉਹ ਬੱਚਾ ਸੈਂਟਰ ਗਵਰਨਮੈਂਟ ਦੇ ਥਰੂ ਜਿੰਨਾ ਪਰਿਵਾਰਾਂ ਨੇ ਆਲਰੇਡੀ ਆਪਣੇ ਕੇਸ ਭਾਰਤ ਸਰਕਾਰ ਦੀ ਵੈਬਸਾਈਟ ਤੇ ਰਜਿਸਟਰਡ ਕੀਤੇ ਹੋਏ ਨੇ ਕਿਉਂਕਿ ਅਡਾਪਸ਼ਨ ਡਿਪਾਰਟਮੈਂਟ ਬਹੁਤ ਵੱਡਾ ਆਪਣਾ ਉਹਦੇ ਕੋਲ ਸੈਂਟਰ ਗਵਰਨਮੈਂਟ ਦੇ ਕੋਲ ਕੇਸ ਲੋਗ ਰਜਿਸਟਰਡ ਕਰਦੇ ਨੇ ਫਿਰ ਉਹ ਡੇਢ ਦੋ ਸਾਲ ਬਾਅਦ ਉਹਨਾਂ ਦੀ ਟਰਨ ਆਉਂਦੀ ਆ ਜਦੋਂ ਆਪਣੇ ਕੋਲੋਂ ਇੱਕ ਬੱਚੇ ਨੇ ਜਾਣਾ ਹੁੰਦਾ ਤਾਂ ਉਹਦੇ ਤੋਂ 20 ਦਿਨ ਪਹਿਲਾਂ ਆਪਾਂ ਨੂੰ ਪਤਾ ਲੱਗਦਾ ਕਿ ਇਹ ਬੱਚਾ ਇਸ ਪਰਿਵਾਰ ਦੇ ਕੋਲ ਗੋਚ ਚ ਜਾ ਰਿਹਾ ਹੈ ਕਾਨੂੰਨ ਦੇ ਹਿਸਾਬ ਨਾਲ ਹੀ ਮਿਲਣਾ ਕੋਈ ਰਿਸ਼ਤੇਦਾਰੀ ਨਹੀਂ ਕੋਈ ਪਿਆਰ ਮੁਹੱਬਤ ਨਹੀਂ ਦੇ ਵਿੱਚ ਕੋਈ ਰਿਸ਼ਤੇਦਾਰੀ ਨਹੀਂ ਬਿਲਕੁਲ 100% ਟਰਾਂਸਪੇਰੈਂਸੀ ਆਪਾਂ ਕਹਿ ਸਕਦੇ ਆ ਕਿ ਪੂਰੀ ਪ੍ਰੋਸੈਸ ਦੇ ਵਿੱਚ ਆ ਇਹ ਸਮਾਜ ਦੇ ਵਿੱਚ ਗੱਲਾਂ ਸੁਣਦੇ ਆ ਵੀ ਬਾਲ ਆਸ਼ਰਮ ਉਹਨਾਂ ਫੈਮਲੀਆਂ ਨੇ ਬੱਚੇ ਦੇ ਰਿਆ ਵਾ ਜਿਹੜੇ ਘਰੋਂ ਹਾਈ ਲੈਵਲ ਦੇ ਆ ਰਿਚ ਫੈਮਲੀ ਆ ਅਮੀਰ ਆ ਇਹ ਬਿਲਕੁਲ ਸੱਚੀ ਆ ਜਦੋਂ ਆਪਾਂ ਸੈਂਟਰ ਗਵਰਨਮੈਂਟ ਦਾ ਜਿਹੜਾ ਵੈਬ ਲਿੰਕ ਆ ਉਹਦੇ ਤੇ ਆਨਲਾਈਨ ਕੇਸ ਅਪਲਾਈ ਕਰਦੇ ਆ ਉਹਦੇ ਵਿੱਚ ਐਸਜੀਬੀ ਤਾਂ ਆਮ ਤਲਵੰਡੀ ਖੁਰਦ ਦੇ ਬਾਲਕਰ ਦਾ ਕੋਈ ਵੀ ਰੋਲ ਨਹੀਂ ਹੁੰਦਾ ਉਹ ਫੈਮਲੀ ਨੇ ਇੰਡੀਵਿਜੂਅਲ ਆਪਣੇ ਤੌਰ ਤੇ ਜਿੱਥੋਂ ਦਾ ਵੀ ਉਹ ਪਰਿਵਾਰ ਰਹਿਣ ਵਾਲਾ ਉੱਥੋਂ ਕੇਸ ਰਜਿਸਟਰਡ ਕਰਨਾ ਉਹਦੇ ਵਿੱਚ ਆਪਾਂ ਉਹਨਾਂ ਦੀ ਪ੍ਰਾਪਰਟੀ ਨਹੀਂ ਦੇਖਣੀ ਆਪਾਂ ਉਹਨਾਂ ਦਾ ਕੋਈ ਹੋਰ ਸੋਰਸ ਨਹੀਂ ਦੇਖਣਾ ਉਹ ਸੋਰਸ ਸੈਂਟਰ ਗਵਰਨਮੈਂਟ ਦੇ ਅਡਾਪਸ਼ਨ ਅਥਾਰਟੀ ਦੇਖੂਗੀ ਜਿਹਦੇ ਵਿੱਚ ਜੇ ਕੋਈ ਇਹ ਗੱਲਾਂ ਕਹਿੰਦਾ ਵੀ ਇਹ ਤਾਂ ਸ਼ਾਇਦ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਬਹੁਤਾ ਸੋਚਣ ਦੀ ਲੋੜ ਕਿਉਂਕਿ ਹਰ ਇੱਕ ਪੜਿਆ ਲਿਖਿਆ ਸ਼ਖਸ ਮਤਲਬ ਕਾਨੂੰਨ ਦੇ ਕਾਨੂੰਨ ਦੇ ਹਿਸਾਬ ਨਾਲ ਹੀ ਮਿਲਣਾ ਬਿਲਕੁਲ ਲੀਗਲ ਬੱਚਾ ਮਿਲਣਾ ਮਤਲਬ ਇਹ ਮਤਲਬ ਸੈਂਟਰ ਗਵਰਨਮੈਂਟ ਫੁੱਲ ਵੈਰੀਫਿਕੇਸ਼ਨ ਇੱਕ ਪਰਿਵਾਰ ਦੀ ਕਰਾਉਂਦੀ ਆ ਕਿ ਜਿੱਥੇ ਇੱਕ ਬੱਚਾ ਜਾਣਾ ਅਡਾਪਸ਼ਨ ਦੇ ਵਿੱਚ ਕੀ ਉਹ ਪਰਿਵਾਰ ਉਹਨਾਂ ਯੋਗ ਹੈਗਾ ਉਹਨਾਂ ਐਲੀਜੀਬਲ ਹੈਗਾ ਕਿ ਇੱਕ ਬੱਚੇ ਨੂੰ ਸਹੀ ਤਰੀਕੇ ਸੰਭਾਲ ਸਕੇ ਕਿੰਨੇ ਟਾਈਮ ਤੋਂ ਬਾਅਦ ਬੱਚੇ ਦੀ ਮਤਲਬ ਜੇ ਅੱਜ ਅਸੀਂ ਮੰਨ ਲਓ ਮੈਂ ਹੀ ਬੱਚਾ ਕੋਈ ਤੁਹਾਡੇ ਕੋਲੋਂ ਲੈਣਾ ਮੈਂ ਤੁਹਾਨੂੰ ਅੱਜ ਐਂਟਰੀ ਕਰਾਉਣਾ ਮੈਂ ਕਿੰਨੇ ਟਾਈਮ ਬਾਅਦ ਨੰਬਰ ਲੱਗਦਾ ਤੁਹਾਡਾ ਇੱਕ ਫੀਮੇਲ ਚਾਈਲਡ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਡੇਢ ਦੋ ਸਾਲ ਦੀ ਵੇਟਿੰਗ ਚੱਲ ਰਹੀ ਆ ਬਟ ਲਾਸਟ ਵੀਕ ਜਿਹੜਾ ਬੱਚਾ ਆਪਣੇ ਕੋਲੋਂ ਮੇਲ ਚਾਈਲਡ ਗਿਆ ਉਹਨਾਂ ਨੇ 3 ਸਾਲ ਪਹਿਲਾਂ ਆਪਣਾ ਕੇਸ ਰਜਿਸਟਰਡ ਕੀਤਾ ਸੀ ਬੱਚਾ ਜੀ ਕਿੰਨੇ ਟਾਈਮ ਦਾ ਹੁੰਦਾ ਵਕਤ ਦਾ ਹੁੰਦਾ ਜਦੋਂ ਆਪਾਂ ਕਿਸੇ ਨੂੰ ਦੇ ਰਹੇ ਆ ਇਹ ਡਿਪੈਂਡ ਕਰਦਾ ਮਾਪਿਆਂ ਤੇ ਲੈਣ ਵਾਲੇ ਮਾਪਿਆਂ ਨੇ ਕਿੰਨੀ ਉਮਰ ਦਾ ਬੱਚਾ ਲੈਣ ਲਈ ਆਪਣਾ ਕੇਸ ਰਜਿਸਟਰਡ ਕੀਤਾ ਕੀ ਸਰਕਾਰ ਉਹਨਾਂ ਦੇ ਉਸ ਫੈਸਲੇ ਦੇ ਨਾਲ ਸਹਿਮਤ ਹੋਈ ਕਿ ਉਹ ਨਿਊ ਬੌਰਨ ਚਾਹੁੰਦੇ ਆ ਉਹ 0 ਤੋਂ 4 ਸਾਲ ਤੋਂ ਥੱਲੇ ਚਾਹੁੰਦੇ ਉਹ 10 ਸਾਲ ਤੋਂ ਥੱਲੇ ਚਾਹੁੰਦੇ ਆ ਉਹ ਵੀ ਡਿਪੈਂਡ ਕਰਦਾ ਪੇਰੈਂਟਸ ਨੇ ਕਿੱਦਾਂ ਦੀ ਕੈਟਾਗਰੀ ਦੇ ਵਿੱਚ ਆਪਣਾ ਕੇਸ ਅਪਲਾਈ ਕੀਤਾ ਜਦੋਂ ਆਪਣੇ ਕੋਲ ਇੱਕ ਨਿਊ ਬੌਰਨ ਬੇਬੀ ਆਉਂਦਾ ਤਾਂ ਲਗਭਗ 5-6 ਮਹੀਨੇ ਦਾ ਲੀਗਲ ਪ੍ਰੋਸੈਸ ਕੰਪਲੀਟ ਕਰਦੀ ਨੂੰ ਹੋ ਜਾਂਦਾ ਜਿੰਦਗੀ ਦੇ ਵਿੱਚ ਉਹ ਬੱਚੇ ਨੂੰ ਕੋਈ ਮੁਸ਼ਕਲ ਆਉਂਦੀ ਆ ਬਾਲ ਆਸ਼ਰਮ ਦੇ ਨਾਲ ਖੜਾ ਜਾ ਕਾਨੂੰਨ ਖੜਾ ਜਦੋਂ ਬੱਚੇ ਦੀ ਲੀਗਲ ਅਡਾਪਸ਼ਨ ਜਿਹਨੂੰ ਆਪਾਂ ਗੱਲ ਕਰਦੇ ਆ ਉਹ ਕੋਰਟ ਦੇ ਥਰੂ ਹੁੰਦੀ ਆ ਜਿਹੜਾ ਲੀਗਲ ਗਾਰਡੀਅਨ ਹੁੰਦਾ ਬੱਚੇ ਦਾ ਲਾਸਟਲੀ ਜੱਜ ਹੁੰਦਾ ਮਤਲਬ ਆਪਣਾ ਰੋਲ ਸਿਰਫ ਬੱਚੇ ਦੀ ਸੇਵਾ ਸੰਭਾਲ ਕਰਕੇ ਜਿਸ ਪਰਿਵਾਰ ਨੂੰ ਸੈਂਟਰ ਗਵਰਨਮੈਂਟ ਨੇ ਕਹਤਾ ਉਹਦੇ ਕੋਲ ਟੈਂਪਰੇਰੀ ਫੌਸਟਰ ਕੇਅਰ ਦੇ ਵਿੱਚ ਦੇਣਾ ਉਹਦੇ ਤੋਂ ਬਾਅਦ ਲੀਗਲ ਕੇਸ ਜਿਹੜਾ ਜੱਜ ਨੇ ਆਰਡਰ ਕਰਨੇ ਆ ਉਪਿਕ ਦੇ ਵਿੱਚ ਤੁਸੀਂ ਸਵਾਲ ਕੀਤਾ ਕਿ ਜੇ ਬੱਚੇ ਨੂੰ ਕੋਈ ਮੁਸ਼ਕਲ ਆਵੇ ਹਾਂਜੀ ਹਾਂਜੀ ਉਹ ਉਸੇ ਲੀਗਲ ਪ੍ਰੋਸੈਸ ਦੇ ਥਰੂ ਸੰਸਥਾ ਤੱਕ ਪਹੁੰਚੂਗਾ ਹਾਂਜੀ ਹਾਂਜੀ ਤੇ ਜੇ ਸੰਸਥਾ ਤੱਕ ਲੀਗਲ ਪ੍ਰੋਸੈਸ ਦੇ ਥਰੂ ਆਰਡਰ ਆਉਂਦੇ ਨੇ ਤਾਂ ਅਸੀਂ ਉਸ ਬੱਚੇ ਦੇ ਨਾਲ 100% ਖੜੇ ਹਾਂ ਜੀ ਹਿੰਦੁਸਤਾਨ ਦੇ ਵਿੱਚ ਸੜਕਾਂ ਤੇ ਝਾੜੀਆਂ ਤੇ ਮਤਲਬ ਖਤਾਨਾਂ ਦੇ ਵਿੱਚ ਜਦੋਂ ਬੱਚੇ ਨੂੰ ਲੈ ਕੇ ਆਉਣੇ ਮਨ ਕਿੰਨਾ ਕੁ ਦੁਖੀ ਹੁੰਦਾ ਜਦੋਂ ਵੀ ਅੱਜ ਤੱਕ ਐਦਾਂ ਦਾ ਕੇਸ ਸਾਹਮਣੇ ਆਇਆ ਕਿ ਆਏ ਦਿਨ ਬੱਚਿਆਂ ਨੂੰ ਲਿਆਉਣਾ ਪੈਂਦਾ ਥਾਂ-ਥਾਂ ਤੋਂ ਹਾਂਜੀ ਹਾਂਜੀ ਹਰ ਇੱਕ ਬੱਚੇ ਦੀ ਕਹਾਣੀ ਵੱਖਰੀ ਆ ਮਨ ਹਰ ਇੱਕ ਵਾਰ ਹਿਲਦਾ ਪਰ ਫਿਰ ਇੱਕ ਸੋਚ ਦਿਮਾਗ ਦੇ ਵਿੱਚ ਆਉਂਦੀ ਆ ਕਿ ਪਰਮਾਤਮਾ ਨੇ ਇਸ ਬੱਚੇ ਨੂੰ ਨਵਾਂ ਜੀਵਨ ਦਿੱਤਾ ਜਦੋਂ ਇੱਕ ਵਾਰ ਉਹ ਸਹੀ ਹੱਥਾਂ ਦੇ ਵਿੱਚ ਲੈ ਲਈਦਾ ਚਲੋ ਅਣਗਿਣਤ ਤੁਹਾਡੇ ਕੋਲ ਬੱਚੇ ਆਏ ਅਣਗਿਣਤ ਚਲੇ ਗਏ ਇਹ ਬੱਚਿਆਂ ਨਾਲ ਮੋਹ ਪਿਆਰ ਪੈ ਜਾਂਦਾ ਵੀ ਕਿ ਨਹੀਂ ਇਦਾਂ ਦਾ ਸਾਡਾ ਮਨ ਕਰਨਾ ਹੀ ਪੈਂਦਾ ਵੀ ਚਲੋ ਆਏ ਕਿ ਮੋਹ ਪਿਆਰ ਪਰ ਚਲੋ ਇੱਕ ਫੀਮੇਲ ਨਾ ਮੈਂ ਔਰਤ ਹੋਣ ਦੇ ਨਾਤੇ ਔਰਤ ਦਾ ਦਿਲ ਬੜਾ ਬੱਚਾ ਇਹ ਨਰਮ ਹੁੰਦਾ ਮਾ ਮਾ ਤੁਸੀਂ ਬੱਚਿਆਂ ਦੀ ਸਾਂਭ ਸੰਭਾਲ ਕਰਦੇ ਹੋ ਪੂਰਾ ਮਾਮਾ ਵਰਗਾ ਪਿਆਰ ਦੇਉਂ ਲਾੜ ਹਣਾ ਕਰ ਰਹੇ ਹੋ ਬੱਚਿਆਂ ਦੇ ਨਾਲ ਵੀਰ ਜੀ ਬਹੁਤ ਬੁਰੇ ਤਰੀਕੇ ਜੁੜ ਜਾਈਦਾ ਹਾਂਜੀ ਪਰ ਜਦੋਂ ਇਹ ਦੇਖਦੇ ਆ ਜਿਵੇਂ ਹੁਣ ਲਾਸਟ ਬੱਚਾ ਆਪਣੇ ਕੋਲ 3 ਹਫ਼ਤਿਆਂ ਦਾ ਮੇਲ ਚਾਈਲਡ ਆ ਹਾਂਜੀ ਹਾਂਜੀ ਉਹਨੂੰ ਜਦੋਂ ਆਪਾਂ ਲੈ ਕੇ ਆਏ ਤਾਂ ਰੇਲਵੇ ਟਰੈਕ ਦੇ ਉੱਤੇ ਪੋਲੀਥੀਨ ਦੇ ਵਿੱਚ ਪਾ ਕੇ ਉਹਦਾ ਪਲਸੈਂਟਾ ਵੀ ਵਿੱਚ ਪਾਤਾ ਜਿਹਨੂੰ ਆਪੋਲ ਕਹਿੰਦੇ ਆ ਤੇ ਉਹਦੀ ਕੋਰਡ ਵੀ ਟਾਈ ਨਹੀਂ ਕੀਤੀ ਮਤਲਬ ਕੱਟ ਕਰਕੇ ਟਾਈ ਕਰਦੇ ਉਹ ਵੀ ਨਹੀਂ ਕੀਤੀ ਜਦੋਂ ਕੋਈ ਕੂੜਾ ਕਰਕਟ ਚੁਗਣ ਵਾਲੇ ਬੱਚੇ ਰੇਲਵੇ ਟਰੈਕ ਤੇ ਗਏ ਤਾਂ ਉਹਨਾਂ ਨੇ ਦੇਖਿਆ ਕਿ ਲਫਾਫਾ ਹਿੱਲ ਰਿਹਾ ਉਹਨਾਂ ਨੇ ਸੋਚਿਆ ਇਹਦੇ ਵਿੱਚ ਰੇਲਵੇ ਟਰੈਕ ਤੇ ਚੂਹਿਆਂ ਤੋਂ ਬਿਨਾ ਹੋਰ ਕੁਝ ਨਹੀਂ ਹੁੰਦਾ ਸੋਚਿਆ ਕਿ ਸ਼ਾਇਦ ਕੋਈ ਖਾਣ ਵਾਲੀ ਚੀਜ਼ ਨੂੰ ਚੂਹੇ ਉਹ ਕਰ ਰਹੇ ਉਹਨਾਂ ਨੇ ਲਫਾਫਾ ਚੁਪ ਕੇ ਜਦੋਂ ਉਹ ਕੀਤਾ ਤਾਂ ਉਹਦੇ ਵਿੱਚੋਂ ਬੇਬੀ ਨਿਕਲ ਆਇਆ ਤਾਂ ਚਲੋ ਕੁਝ ਭਲੇ ਲੋਕਾਂ ਨੇ ਇਮੀਡੀਏਟ ਉਹਨੂੰ ਹੱਥਾਂ 'ਚ ਲੈ ਕੇ ਹਸਪੀਟਲ ਪਹੁੰਚ ਕੀਤੀ ਉਹਦਾ ਸਭ ਸੰਭਾਲ ਹੋ ਗਈ ਹੁਣ ਜਦੋਂ ਇਸ ਬੱਚੇ ਨੂੰ ਆਪਾਂ ਇੱਥੇ ਪਾਲ ਰਹੇ ਹਾਂ ਤਾਂ ਜੋੜ ਤਾਂ ਬਹੁਤ ਬੁਰੇ ਤਰੀਕੇ ਨਾਲ ਜਾਂਦੇ ਆ ਨਾ ਬੱਚਿਆਂ ਨਾਲ ਪਰ ਜਦੋਂ ਇਹਨਾਂ ਦੀ ਅਡਾਪਸ਼ਨ ਹੁੰਦੀ ਆ ਇਹਨਾਂ ਲਈ ਪੇਰੈਂਟਸ ਵਧੀਆ ਅੱਗੇ ਆਉਂਦੇ ਆ ਤਾਂ ਉਦੋਂ ਖੁਸ਼ੀ ਮਿਲਦੀ ਆ ਕਿ ਇਹ ਪ੍ਰਮਾਤਮਾ ਜੇ ਇੱਕ ਦਿਨ ਇਹਨਾਂ ਤੇ ਵਕਤ ਆਇਆ ਬਹੁਤ ਬੁਰਾ ਬੁਰਾ ਵਕਤ ਆਇਆ ਕਿਉਂਕਿ ਜਦੋਂ ਇੱਕਦਮ ਜੰਮਣ ਤੋਂ ਬਾਅਦ ਬੱਚਾ ਆਪਣੀ ਮਾਂ ਤੋਂ ਛੁੱਟਦਾ ਤਾਂ ਸ਼ਾਇਦ ਉਹ ਸਮੇਂ ਨੂੰ ਆਪਾਂ ਉਸ ਦਰਦ ਨੂੰ ਆਪਾਂ ਬਿਆਨ ਵੀ ਨਾ ਗੱਲਾਂ ਨਾਲ ਕਰ ਸਕੀਏ ਉਹ ਸ਼ਬਦਾਂ ਵਿੱਚ ਵੀ ਬਿਆਨ ਨਹੀਂ ਹੁੰਦਾ ਉਹ ਗੱਲਾਂ ਵਿੱਚ ਵੀ ਨਹੀਂ ਹੁੰਦਾ ਬਸ ਜੋ ਵਖਤ ਨੰਗਦਾ ਉਹ ਜੀ 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 ਜਿਹਦੇ ਤੇ ਵੀਦ ਹੋ ਜਾਂਦੀ ਕਿ ਕਿਤੇ ਮਨ ਖੁਸ਼ ਵੀ ਹੁੰਦਾ ਹੋਊਗਾ ਆਲਵੇਜ਼ ਜੀ ਮੈਨੂੰ ਤਾਂ ਲੱਗਦਾ ਕਿ ਮੈਂ ਹਮੇਸ਼ਾ ਹੀ ਇਹਨਾਂ ਦੇ ਵਿੱਚ ਇੰਨੀ ਖੁਸ਼ ਰਹਿਣੀ ਆ ਜਿਹਨੂੰ ਮੈਂ ਬਿਆਨ ਨਹੀਂ ਕਰ ਸਕਦੇ ਕਿਉਂਕਿ ਇਹ ਦਿਨ ਦੇ ਖੁਸ਼ੀਆਂ ਬਹੁਤ ਨੇ ਜੀ ਕਦੇ ਬੱਚੇ ਤੇ ਗੁੱਸਾ ਵੀ ਆਉਂਦਾ ਹੋਊਗਾ ਹਾਂ ਬੇਹੰਗਾ ਮਦਰ ਜੇ ਮੈਂ ਕਹਿੰਦੀ ਆ ਕਿ ਇਹ ਮੈਨੂੰ ਮਾਂ ਸਮਝਦੇ ਆ ਤੇ ਮੈਂ ਇਹਨਾਂ ਨਾਲ ਮਾਂ ਵਾਲਾ ਵਿਹਾਰ ਕਰਦੀ ਆ ਤੇ ਦੋਵੇਂ ਚੀਜ਼ਾਂ ਬਰਾਬਰ ਹੁੰਦੀਆਂ ਨੇ ਹੁਣੇ ਹੁਣ ਤੋਂ 10 ਮਿੰਟ ਪਹਿਲਾਂ ਮੈਨੂੰ ਅੰਦਰ ਜਾਣਾ ਪਿਆ ਤੁਹਾਡੇ ਕੋਲੋਂ ਉੱਠ ਕੇ ਤਾਂ ਮੈਂ ਦੇਖਿਆ ਕਿ ਬੱਚਿਆਂ ਦੇ ਇਗਜ਼ਾਮਸ ਚੱਲ ਰਹੇ ਨੇ ਪਰ ਉਹ ਜਾ ਕੇ ਉਹਨਾਂ ਨੂੰ ਪਤਾ ਸੀ ਕਿ ਮੰਮਾ ਤਾਂ ਉਧਰ ਬੈਠੀ ਆ ਕਿਸੇ ਦੇ ਨਾਲ ਤਾਂ ਮੈਂ 10 ਮਿੰਟਾਂ ਦੇ ਵਿੱਚ ਉਹਨਾਂ ਨਾਲ ਗੁੱਸੇ ਹੋ ਕੇ ਆ ਗਈਆਂ ਕਿਉਂਕਿ ਮੈਨੂੰ ਉਹਨਾਂ ਦਾ ਪੇਪਰ ਦਿਸ ਰਿਹਾ ਬੱਚੇ ਫੇਰ ਬਚਪਨਾ ਉਹਨਾਂ ਦਾ ਉਹਨਾਂ ਨੂੰ ਇਹ ਆ ਕੇ ਮੰਮਾ ਉਧਰ ਆ ਤਾ 10 ਮਿੰਟ ਉਹ ਜੈਨੂਅਲ ਆ ਮਤਲਬ ਕਿ ਉਹਨਾਂ ਕ ਤਾਂ ਜੇ ਨਹੀਂ ਕਰਾਂਗੇ ਤਾਂ ਬੱਚਿਆਂ ਤੇ ਉਹ ਹੱਕ ਮਾਂ ਵਾਲਾ ਜਿਤਾ ਨਹੀਂ ਸਕਦੇ ਜਿਤਾ ਨਹੀਂ ਸਕਦੇ ਬੱਚਿਆਂ ਨਾਲ ਖੇਡਣਾ ਵੀ ਲੱਗਦਾ ਹੋਊ ਚੰਗਾ ਸਾਰਾ ਦਿਨ ਇਹਨਾਂ ਦੇ ਵਿੱਚ ਲੱਗੇ ਰਹਿੰਦਾ ਜੀ ਸਵੇਰੇ 4 ਵਜੇ ਤੋਂ ਉੱਠ ਕੇ ਜਦੋਂ ਤੱਕ ਸੌ ਨਹੀਂ ਜਾਂਦੇ ਤਾਂ ਸਾਰੀਆਂ ਗਤੀਵਿਧੀਆਂ ਇਹਨਾਂ ਦੇ ਨਾਲ ਨੇ ਜੀ ਆਮ ਘਰਾਂ ਨਾਲੋਂ ਬਾਹਲ आश्रम ਦੇ ਵਿੱਚ ਰਹਿਣਾ ਸਹਿਣਾ ਖਾਣਾ ਪੀਣਾ ਬੱਚਿਆਂ ਦਾ ਕਿੰਨਾ فرق ਆ ਮਰਜੀ ਮੈਂ ਇੱਕ ਐਵਰੇਜ ਫੈਮਿਲੀ ਦੇ ਵਿੱਚੋਂ ਆਈ ਆ ਇੱਥੇ ਮੇਰਾ ਬਚਪਨ ਪਰਿਵਾਰ ਦੇ ਵਿੱਚ ਨਿਕਲਿਆ ਪਰ ਮੈਨੂੰ ਲੱਗਦਾ ਕਿ ਇੱਥੇ ਸਹੂਲਤਾਂ ਵੱਧ ਨੇ ਕਿਉਂਕਿ ਉਹਦਾ ਕਾਰਨ ਵੀ ਇੱਕ ਆ ਕਿੱ ਘਰ ਦੇ ਵਿੱਚ ਮਾ ਮਾਂ ਬਾਪ ਦਾਦ ਦਾਦੀ ਇੰਨੇ ਰਿਸ਼ਤੇ ਸੀ ਸਾਡੇ ਕੋਲ ਇੱਥੇ ਜਦੋਂ ਇਹਨਾਂ ਬੱਚਿਆਂ ਦੀ ਗੱਲ ਕਰਦੇ ਆ ਤਾਂ ਇਹਨਾਂ ਦੇ ਕੋਲ ਆਪਣੇ ਭੈਣ ਭਰਾਵਾਂ ਦੇ ਬਹੁਤ ਰਿਸ਼ਤੇ ਨੇ ਜਿਹੜੇ ਇਹਨਾਂ ਦੇ ਲਈ ਹਰੇਕ ਪੱਖ ਤੋਂ ਅੱਗੇ ਆਉਂਦੇ ਨੇ ਤੇ ਇਹਨਾਂ ਨੂੰ ਮੈਡੀਕਲ ਸਹੂਲਤ এডੂਕੇਸ਼ਨ ਦੀ ਜਾਂ ਹੋਰ ਕਿਸੇ ਵੀ ਫੀਲਡ ਦੇ ਵਿੱਚ ਅੱਗੇ ਜਾਣਾ ਚਾਹੁੰਦੇ ਨੇ ਤਾਂ ਹਰ ਤਰ੍ਹਾਂ ਦੇ ਭੈਣ ਭਰਾ ਸਲਾਹ ਦਿੰਦੇ ਨੇ ਬੈਠ ਕੇ ਇਹਨਾਂ ਲਈ ਮਤਲਬ ਘਰਾਂ ਦੇ ਬੱਚਿਆਂ ਨਾਲੋਂ ਐਡਵਾਂਟੇਜਸ ਵੱਧ ਨੇ ਇੱਕ ਸਿਰਫ ਕਮੀ ਉਹੀ ਹੈ ਕਿ ਜਿਹੜਾ ਕਿਸੇ ਵੇਲੇ ਬਚਪਨ ਦੇ ਵਿੱਚ ਮਾਪੇ-ਵਾਪੇ ਦਾ ਛੁੱਟ ਜਾਣਾ ਉਹ ਇੱਕ ਬਹੁਤ ਵੱਡੀ ਇਹਨਾਂ ਦੀ ਲਾਈਫ 'ਚ ਕਮੀ ਸੀ ਪਰ ਉਹਦੇ ਤੋਂ ਅੱਗੇ ਪ੍ਰਮਾਤਮਾ ਨੇ ਇਹਨਾਂ ਦੇ ਰਸਤੇ ਬਹੁਤ ਚੰਗੀ ਤਰ੍ਹਾਂ ਸਾਫ਼ ਕੀਤੇ ਜੀ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਜੀ ਜਦੋਂ ਨੌਜਵਾਨ ਪੀੜ੍ਹੀ ਦੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਕਿ ਨਸ਼ਿਆਂ ਪੱਤਿਆਂ ਤੋਂ ਪਰਹੇਜ਼ ਕਰਕੇ ਜਾਂ ਬਹੁਤੀ ਆਪਾਂ ਫਜ਼ੂਲ ਦੀ ਖਰਚੀ ਕਰਦੇ ਆ ਬੜੇ ਕੰਮ ਉਹ ਹੁੰਦੇ ਨੇ ਜਿੱਥੇ ਘੱਟ ਪੈਸੇ ਦੇ ਨਾਲ ਸਾਰ ਸਾਰਿਆ ਜਾ ਸਕਦਾ ਤੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਇਦਾਂ ਦੀਆਂ ਲੋੜਾਂ ਨੇ ਸਮਾਜਿਕ ਕੁਰਿਤੀਆਂ ਜਿਨ੍ਹਾਂ ਨੂੰ ਕਹਨੇ ਆ ਜਿਨ੍ਹਾਂ ਨੂੰ ਸਾਡੀ ਜੇ ਨੌਜਵਾਨ ਪੀੜ੍ਹੀ ਇੱਕ ਹੋ ਕੇ ਪੂਰੀਆਂ ਕਰਨ ਤੇ ਆ ਜਾਵੇ ਤਾਂ ਸ਼ਾਇਦ ਇਹ ਕੁਰਿਤੀਆਂ ਨੂੰ ਅਸੀਂ ਦੂਰ ਕਰ ਸਕਦੇ ਹਾਂ ਦੂਰ ਕਰ ਸਕਦੇ ਹਾਂ ਦੂਰ ਨਹੀਂ ਕਰਾਂਗੇ ਤਾਂ ਕੋਸ਼ਿਸ਼ ਨਾ ਕੋਸ਼ਿਸ਼ ਕਰ ਘਟਾ ਸਕਦੇ ਹਾਂ ਬਾਕੀ ਆ ਹੁਣ ਫੀਮੇਲ ਫੀਟੀਸਾਈਡ ਦੀ ਗੱਲ ਕਰਦੇ ਆ ਤਾਂ ਪਰਿਵਾਰਾਂ ਦੇ ਵਿੱਚ ਪਰਮਾਤਮਾ ਕਰੇ ਕਿ ਉਹ ਵਾਹਿਗੁਰੂ ਇੰਨੀ ਸੋਜੀ ਦੇ ਸਕਦਾ ਕਿ ਜੇ ਕਿਸੇ ਦੇ ਘਰ ਦੂਜੀ ਤੀਜੀ ਚੌਥੀ ਬੇਟੀ ਪੈਦਾ ਹੁੰਦੀ ਆ ਤੋਂ ਉਹਨਾਂ ਨੂੰ ਇੰਨਾ ਕੁ ਬਲ ਬਖਸ਼ੇ ਕਿ ਉਹ ਇਦਾਂ ਬੱਚਿਆਂ ਨੂੰ ਸੁੱਟਣ ਨਾ ਜੇ ਕੋਈ ਬੱਚਾ ਕਿਸੇ ਹੋਰ ਕਾਰਨ ਕਰਕੇ ਇੱਥੇ ਆ ਰਿਹਾ ਉਹ ਕਾਰਨ ਪ੍ਰਮਾਤਮਾ ਖਤਮ ਕਰੇ ਤਾਂ ਕਿ ਸਾਡੀ ਅਰਦਾਸ ਆ ਕਿ ਇਸ ਬਾਲ ਘਰ ਦੇ ਵਿੱਚ ਬੇਸ਼ੱਕ ਇੱਕ ਵੀ ਬੱਚਾ ਨਾ ਹੋਵੇ ਪਰ ਕਿਸੇ ਵੀ ਬੱਚੇ ਨੂੰ ਉਸ ਦੇ ਜੰਮਣ ਵਾਲੇ ਮਾਪੇ ਤੋਂ ਅਲੱਗ ਨਾ ਹੋਣਾ ਪਵੇ ਨੌਜਵਾਨ ਪੀੜੀ ਦੀਆਂ ਗਲਤ ਨੀਤੀਆਂ ਕਾਰਨ ਹੀ ਸਾਡੇ ਬੱਚੇ ਝਾੜੀਆਂ ਦੇ ਵਿੱਚ ਸੜਕਾਂ ਦੇ ਵਿੱਚ ਰੁਲ ਰਹੇ ਆ ਸਾਨੂੰ ਭੈਣ ਜੀ ਨੇ ਜੋ ਸੰਦੇਸ਼ ਦਿੱਤਾ ਸਾਨੂੰ ਉਹਦੇ ਤੇ ਅਮਲ ਕਰਨਾ ਚਾਹੀਦਾ ਭੈਣ ਜੀ ਸਰਕਾਰਾਂ ਤੋਂ ਕਿੰਨਾ ਸਹਿਯੋਗ ਮਿਲ ਰਿਹਾ ਆ ਸਰਕਾਰਾਂ ਤੋਂ ਸਹਿਯੋਗ ਤਾਂ ਮਤਲਬ ਨਾ ਦੇ ਬਰਾਬਰ ਹੈ ਜੀ ਜਿਹੜੀ ਇਹ ਹੋਮ ਆ ਜਾਂ ਸਮਾਜ ਭਲਾਈ ਦੇ ਕੰਮ ਨੇ ਇਹ ਭੈਣਾ ਭਰਾਵਾਂ ਦੇ ਸਦਕਾ ਚੱਲਦੇ ਨੇ ਕਿਉਂਕਿ ਬਹੁਤ ਸਾਰੇ ਭੈਣ ਭਰਾ ਨੇ ਜਿਹੜੇ ਕਿਸੇ ਵੀ ਪੱਖ ਤੋਂ ਜਦੋਂ ਕੋਈ ਲੋੜ ਹੁੰਦੀ ਹੈ ਤਾਂ ਅੱਗੇ ਆਉਂਦੇ ਨੇ ਜੇ ਆਪਾਂ ਸਰਕਾਰਾਂ ਦੇ ਸਿਰ ਤੇ ਇਹਨਾਂ ਕੰਮਾਂ ਨੂੰ ਕਰਨਾ ਚਾਹੀਏ ਤਾਂ ਸ਼ਾਇਦ ਨਹੀਂ ਹੋ ਸਕਣਗੇ ਜੀ ਕਿਸ ਇਨਸਾਨ ਦੇ ਸਭ ਤੋਂ ਵੱਧ ਧੰਨਵਾਦੀ ਸਭ ਤੋਂ ਪਹਿਲਾਂ ਸ੍ਰੀ ਸੁਮੇਸ਼ ਸ਼ੰਕਰਾਨੰਦ ਜੀ ਪੂਰੀ ਬਾਲਿਆਂ ਦੇ ਜਿਨ੍ਹਾਂ ਨੇ ਮਤਲਬ ਕੋਈ ਵੀ ਕੰਮ ਸ਼ੁਰੂ ਕਰਨਾ ਬਹੁਤ ਔਖਾ ਹੁੰਦਾ ਜਦੋਂ ਉਹਨਾਂ ਨੇ ਇਹ ਪਲੇਟਫਾਰਮ ਦਿੱਤਾ ਇਹ ਲੈਂਡ ਦਿੱਤੀ ਇਹ ਘਰ ਬਣਾ ਕੇ ਦਿੱਤੇ ਜੀ ਉਹ ਸ਼ਾਇਦ ਮੇਰੇ ਕੋਲ ਸ਼ਬਦ ਨਹੀਂ ਜਿੰਨਾ ਸ਼ਬਦਾਂ ਦੇ ਨਾਲ ਆਪਾਂ ਸਭੋ ਸਤਿਕਾਰਨਾ ਜੀ ਪੂਰੀ ਵਾਲਿਆਂ ਦਾ ਧੰਨਵਾਦ ਕਰ ਸਕੀਏ ਉਹਦੇ ਤੋਂ ਬਾਅਦ ਸਹਾਇਤਾ ਸੰਸਥਾ ਸਾਡੇ ਲਈ ਬਹੁਤ ਸਮੇਂ-ਸਮੇਂ ਤੇ ਅੱਗੇ ਆਉਂਦੀ ਹੈ ਜੀ ਅਮਰੀਕਾ 베ਸਟ ਫੰਡਰੇਜ਼ਿੰਗ ਕਰਦੀ ਹੈ ਸੰਸਥਾ ਉੱਥੇ ਤੇ ਸਮੇਂ-ਸਮੇਂ ਤੇ ਸਾਡੀ ਬਹੁਤ ਹੈਲਪ ਕਰਦੇ ਆ ਤੇ ਬਾਕੀ ਸਾਡੇ ਭੈਣ ਭਰਾ ਜਿਨ੍ਹਾਂ ਨੇ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਕਮੀ ਹੋਰ ਨਹੀਂ ਦਿੱਤੀ ਹੋਰ ਕੁਝ ਨਹੀਂ ਸਾਡੇ ਸਮਾਜ ਨੂੰ ਦੇਣਾ ਚਾਹੁੰਦੇ ਹਾਂ ਬਸ ਮੇਰੀ ਮੇਰੇ ਸਾਰੇ ਭੈਣਾਂ ਭਰਾਵਾਂ ਲਈ ਉਹਨਾਂ ਭੈਣਾਂ ਭਰਾਵਾਂ ਲਈ ਜਿਹੜੇ ਇੱਥੇ ਲਈ ਜਾਂ ਕਿਸੇ ਤਰ੍ਹਾਂ ਦੇ ਵੀ ਜਿੱਥੇ ਵੀ ਸਮਾਜ ਭਲਾਈ ਦੇ ਕੰਮ ਚੱਲਦੇ ਆ ਤਿਲ ਫੁੱਲ ਜੋ ਵੀ ਆਪਣੇ ਦਸਵੰਧ ਕੱਢਦੇ ਆ ਉਹਨਾਂ ਦੀ ਦਿਨ ਤੁਗਣੀ ਰਾਤ ਚੌਗਣੀ ਤਰੱਕੀ ਦੇ ਲਈ ਮੈਂ ਵਾਹਿਗੁਰੂ ਦੇ ਚਰਨਾਂ 'ਚ ਹਮੇਸ਼ਾ ਅਰਦਾਸ ਕਰਦੀ ਆ ਜੀ ਤੇ 24 ਘੰਟੇ ਉਹਨਾਂ ਪਰਿਵਾਰਾਂ ਦੀ ਸੇਤਜਾਬੀ ਦੀ ਕਾਮਨਾ ਕਰਦੇ ਆ ਪਰਮਾਤਮਾ ਉਹਨਾਂ ਨੂੰ ਹੋਰ ਹਿੰਮਤ ਦੇਵੇ ਤਾਂ ਕਿ ਭਵਿਕ ਲਈ ਉਹ ਅੱਗੇ ਆਉਂਦੇ ਰਹਿਣ ਇਸੇ ਤਰ੍ਹਾਂ ਭਵਿਕ ਦੇ ਵਿੱਚ ਐਸਜੀਬੀ ਫਾਊਂਡੇਸ਼ਨ ਦੀਆਂ ਹੋਰ ਕੀ ਕੀ ਯੋਜਨਾਵਾਂ ਨੇ ਐਸਜੀਬੀ ਚਿਲਡਰਨਸ ਹੋਮ ਤੋਂ ਬਾਅਦ ਬਿਲਕੁਲ ਇਹਦੇ ਨਾਲ ਲਈ ਆਪਾਂ ਮੰਦਬੁੱਧੀ ਔਰਤਾਂ ਦੇ ਲਈ ਕੰਮ ਸ਼ੁਰੂ ਕਰਨ ਜਾ ਰਹੇ ਹਾਂ ਵੀਰ ਜੀ ਬਹੁਤ ਥੋੜੇ ਦਿਨਾਂ ਦੇ ਵਿੱਚ ਉਹਦਾ ਨੀਂਹ ਪੱਥਰ ਰੱਖ ਦਿੱਤਾ ਜਾਊਗਾ ਬਸ ਜੀ ਮੇਰੀ ਇਤਨਾ ਹੁਣ ਲਾਸਤੇ ਭੈਣਾ ਭਰਾਵਾਂ ਦੀ ਦੇ ਅੱਗੇ ਇਹੀ ਬੇਨਤੀ ਆ ਕਿ ਪ੍ਰਮਾਤਮਾ ਕਰੇ ਐਦਾਂ ਹੀ ਆਪਾਂ ਸਾਰੇ ਰਲ ਮਿਲ ਕੇ ਇਹਨਾਂ ਕੰਮਾਂ ਨੂੰ ਅੱਗੇ ਲੈ ਕੇ ਜਾਈਏ। ਦੋਸਤੋ ਕਿੱਦਾਂ ਦੀ ਲੱਗੀ ਸਾਡੀ ਮੁਲਾਕਾਤ ਭੈਣ ਜੀ ਜਸਵੀਰ ਕੌਰ ਦੀ ਨਾਲ? ਮਿਲਦਿਆਂ ਨਵੀਂ ਜਾਣਕਾਰੀ ਦੇ ਨਾਲ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ। ਧੰਨਵਾਦ ਦੋਸਤੋ।